ਕਬਜ ਦਾ ਜੀ ਆਪਾਂ ਬਿਲਕੁਲ ਪੱਕਾ ਹੱਲ ਦੱਸਾਂਗੇ ਕਈ ਵਾਰੀ ਹੁੰਦਾ ਕੀ ਹੈ ਜਿਹੜੇ ਵੱਧ ਉਮਰ ਦੇ ਲੋਕ ਨੇ ਜਾਂ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ ਠੀਕ ਹੈ ਉਹਨਾਂ ਨੂੰ ਕਬਜ਼ ਦੀ ਦਿੱਕਤ ਹੋ ਜਾਂਦੀ ਹੈ ਤੇ ਦਵਾਈਆਂ ਵੀ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਬਹੁਤ ਜਿਆਦਾ ਮੁਸ਼ਕਲ ਕਰਦੀਆਂ ਨੇ ਉਹਨਾਂ ਦਾ ਬਿਲਕੁਲ ਆਪਾਂ ਪੱਕਾ ਹੱਲ ਕਰਾਂਗੇ ਜੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਕਿਸੇ ਨੂੰ ਵੀ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਚਾਹੇ ਨਾਰਮਲ ਹੋਵੇ ਚਾਹੇ ਕੋਈ ਪ੍ਰੈਗਨੈਂਟ ਹੋਵੇ ਠੀਕ ਹੈ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਨੂੰ ਜੇ ਕਬਜ਼ ਦੀ ਦਿੱਕਤ ਆਉਣ ਲੱਗੀ ਦਵਾਈਆਂ ਲੈ ਕੇ ਵੀ ਉਹ ਠੀਕ ਨਹੀਂ ਹੋ ਰ ਦੱਸਾਂਗੇ 1% ਵੀ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਦਿੱਕਤ ਨਹੀਂ ਆਉਣੀ ਕੋਈ ਤੁਹਾਨੂੰ ਜਿਹੜੀ ਇਹ ਗੋਲੀ ਆ ਉਹ ਖਾਣ ਦੀ ਲੋੜ ਨਹੀਂ ਪੈਣੀ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਹੁੰਦੀਆਂ ਨੇ ਉਹਨਾਂ ਵਾਸਤੇ ਤਾਂ ਹੀ ਫਾਰਮੂਲਾ ਬੜਾ ਜ਼ਿਆਦਾ ਜ਼ਬਰਦਸਤ ਹੈ ਕਿਉਂਕਿ ਉਹਨਾਂ ਨੂੰ ਜੀ ਪ੍ਰੈਗਨੈਂਸੀ ਦੇ ਵਿੱਚ ਹੋਰ ਉਹ ਜਿਹੜੀਆਂ ਕੋਈ ਅਦਰ ਗੋਲੀਆਂ ਹੁੰਦੀਆਂ ਨੇ ਦਵਾਈਆਂ ਹੁੰਦੀਆਂ ਨੇ ਉਹ ਲੈ ਨਹੀਂ ਸਕਦੀਆਂ ਲੈਂਦੀਆਂ ਨੇ ਤਾਂ ਬੱਚੇ ਤੇ ਵੀ ਸਾਈਡ ਇਫੈਕਟ ਪੈਂਦਾ ਉਹਦੇ ਵਾਸਤੇ ਆਪਾਂ ਬਿਲਕੁਲ ਪੱਕਾ ਹੱਲ ਦੱਸਾਂਗੇ ਗਰਮ ਦੁੱਧ ਦੇ ਵਿੱਚ ਥੋੜੀ ਜੀ ਤੁਸੀਂ ਨੇ ਇਸ ਤਰੀਕੇ ਨਾਲ ਖੰਡ ਪਾ ਲੈਣੀ ਹੈ ਦੁੱਧ ਚਾਹੇ ਗਾਂ ਦਾ ਹੋਵੇ ਚਾਹੇ ਮੱਝਾ ਹੋਵੇ ਉਹਨੂੰ ਚੰਗੇ ਤ ਇਸ ਤੋਂ ਬਾਅਦ ਇਹਦੇ ਵਿੱਚ ਚੰਗੇ ਤਰੀਕੇ ਨਾਲ ਜਿੰਨਾਕ ਤੁਸੀਂ ਮਿੱਠਾ ਪੀ ਸਕਦੇ ਹੋ ਉਹਨਾਂ ਕ ਤੁਸੀਂ ਮਿੱਠਾ ਜੀ ਖੰਡ ਜਾਂ ਗੁੜ ਸ਼ੱਕਰ ਜਿਹੜੀ ਵੀ ਚੀਜ਼ ਦਾ ਤੁਸੀਂ ਪੀਨੇ ਹੋ ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਬਿਲਕੁਲ ਤੁਹਾਨੂੰ ਪੱਕਾ ਸੋਲੂਸ਼ਨ ਦੱਸਾਂਗੇ ਜੇ ਤੁਸੀਂ ਅੱਕਗੇ ਬਿਲਕੁਲ ਵੀ ਯਾਰ ਆਪਾਂ ਨੇ ਦਵਾਈਆਂ ਵੀ ਬਹੁਤ ਖਾਲੀਆਂ ਲਗਾਤਾਰ ਦਵਾਈਆਂ ਹੀ ਖਾਣੀਆਂ ਪੈਂਦੀਆਂ ਨੇ ਦਵਾਈਆਂ ਫਿਰ ਆਪਾਂ ਨੂੰ ਸਾਈਡ ਇਫੈਕਟ ਕਰਦੀਆਂ ਨੇ ਪਰ ਆਪਣੀ ਜਿਹੜੀ ਕਬਜ਼ ਦੀ ਦਿੱਕਤ ਉਹ ਫਿਰ ਵੀ ਠੀਕ ਨਹੀਂ ਹੋ ਰਹੀ ਤਾਂ ਉਹਨਾਂ ਤੱਕ ਇਹ ਵੀਡੀਓ ਵੀ ਜ਼ਰੂਰ ਪਹੁੰਚਦੀ ਕਰਿਓ ਤੇ ਤੁਸੀਂ ਇਹ ਫਾਰਮੂਲੇ ਨੂੰ ਯੂਜ਼ ਵੀ ਕਰਿਓ ਤੇ ਕਿੰਨੇ ਕ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਇਹ ਫਾਰਮੂਲਾ ਯ ਸਦੇ ਜਰੂਰ ਥੋੜਾ ਜਿਹਾ ਆਪਾਂ ਨੇ ਦੁੱਧ ਨੂੰ ਹੁਣ ਥੋੜਾ ਜਿਹਾ ਨਿੱਗਾ ਜਿਹਾ ਕਰ ਲੈਣਾ ਇਸ ਇਸ ਤੋਂ ਬਾਅਦ ਆਪਾਂ ਨੇ ਇੱਕ ਇਸ਼ਕ ਬਗੋਲ ਦਾ ਬਰਾਦਾ ਹੁੰਦਾ ਇਹ ਆਮ ਦੁਕਾਨ ਤੋਂ ਉਤੋਂ ਹੀ ਮਿਲ ਜਾਂਦਾ ਜਿਵੇਂ ਖੋਪੇ ਦਾ ਬਰਾਦਾ ਹੁੰਦਾ ਐਸ ਟਾਈਪ ਜੀ ਨਾਲ ਹੁੰਦਾ ਪਰ ਇਹ ਪੁੜੀ ਦੇ ਵਿੱਚ ਬੰਦ ਹੁੰਦਾ ਇਹਦੀ ਪੁੜੀ ਦੇ ਉੱਤੇ ਇੰਗਲਿਸ਼ ਦੇ ਵਿੱਚ ਸੈਟ ਇਸ਼ਕ ਬਗੋਲ ਲਿਖਿਆ ਹੁੰਦਾ ਸੈਟ ਇਸ਼ਾ ਬਗੋਲ ਲਿਖਿਆ ਹੁੰਦਾ ਤੇ ਉਹ ਤੁਸੀਂ ਖਰੀਦ ਲਿਓ ਆਮ ਆਪਾਂ ਜੀ ਤੁਸੀਂ ਦੁਕਾਨ ਤੇ ਜਾਉਂਗੇ ਤਾਂ ਸਿੱਧਾ ਉਹ ਦੁਕਾਨਦਾਰ ਰਿਸਕ ਬਗੋਲ ਦਾ ਬਰਾਦਾ ਹੀ ਸਮਝੀ ਜਾਂਦੇ ਨੇ ਜਦ ਤੁਸੀਂ ਬੋਲੋਗੇ ਠੀਕ ਹੈ ਇਹਨੂੰ ਤੁਸੀਂ ਨੇ ਪੁੜੀ ਦੇ ਵਿੱਚੋਂ ਬਾਹਰ ਕੱਢ ਲਿਆ ਆਪਾਂ ਨੇ ਪੁੜੀ ਹੁੰਦੀ ਹੈ ਛੋਟੀ ਜੀ ਪੈਕਟ ਹੁੰਦਾ ਇੱਕ ਉਹ ਤੁਸੀਂ ਲੈ ਆਓ ਤੇ ਇਸ ਤੋਂ ਬਾਅਦ ਇਹਨੂੰ ਜੀ ਆਪਾਂ ਇਸ ਦੁੱਧ ਦੇ ਵਿੱਚ ਪਾਵਾਂਗੇ ਚੰਗੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਇਹਦਾ ਯੂਜ਼ ਕਿਵੇਂ ਕਰਨਾ ਉਹ ਵੀ ਤੁਹਾਨੂੰ ਦੱਸ ਦਾਂਗੇ ਆਹ ਲਓ ਜੀ ਇਹਨੂੰ ਆਪਾਂ ਵਿੱਚ ਪਾ ਲੈਨੇ ਆਂ ਆਹ ਦੜੀਏ ਵਰਗਾ ਹੁੰਦਾ ਜੀ ਇਹ ਬਿਲਕੁਲ ਬਰੀਕ-ਬਰੀਕ ਜਾਂ ਹੁੰਦਾ ਹੈ ਇਹਨੂੰ ਆਪਾਂ ਹੁਣ ਚੰਗੇ ਤਰੀਕੇ ਨਾਲ ਚਮਚੇ ਨਾਲ ਹੀ ਇਹਦੇ ਵਿੱਚ ਮਿਕਸ ਕਰਾਂਗੇ ਬਿਲਕੁਲ ਚੰਗੇ ਤਰੀਕੇ ਨਾਲ ਜੇ ਤੁਸੀਂ ਇਹ ਬੱਚਿਆਂ ਨੂੰ ਦੇਣਾ ਹੈ ਕਈ ਵਾਰੀ ਕਿਸੇ ਬੱਚੇ ਨੂੰ ਛੋਟੇ ਨੂੰ ਕਬਜ਼ੀ ਹੋ ਰਹੀ ਹੋਵੇ ਤਾਂ ਉਹਦੀ ਡੋਜ਼ ਜੀ ਬਿਲਕੁਲ ਘੱਟ ਦੇਣੀ ਹੈ ਉਹਦੀ ਡੋਜ਼ ਤਾਂ ਤੁਸੀਂ ਆਹ ਗਲਾਸ ਦਾ ਘੱਟੋ-ਘੱਟ 1/2 ਹਿੱਸਾ ਕਰਕੇ ਫੇਰ ਦੇਣਾ ਯਾਨੀ ਕਿ ਤਿੰਨ-ਚਾਰ ਚਮਚੀ ਬਹੁਤ ਨੇ ਜਿਹੜੇ ਵੱਡੀ ਉਮਰ ਦੇ ਨੇ 10 ਸਾਲ ਤੋਂ ਉੱਤੇ ਵਾਲੇ ਨੇ ਕੋਈ ਠੀਕ ਹੈ ਉਹਨਾਂ ਨੂੰ ਤੁਸੀਂ ਇੰਨਾ ਕੀ ਤੁਹਾਨੂੰ ਪੀਣਾ ਪਊਗਾ ਤੇ ਆਹ ਲੋ ਜੀ ਇਹਨੂੰ ਹੁਣ ਆਪਾਂ ਨੇ ਚੰਗੇ ਤਰੀਕੇ ਨਾਲ ਘ ਇਹ ਥੋੜਾ ਜਿਹਾ ਫੁੱਲ ਜਾਊਗਾ ਫਿਰ ਤੁਸੀਂ ਇਹਨੂੰ ਖਾ ਲਓ ਚਾਹੇ ਪੀ ਲਓ ਤੇ ਤੁਹਾਨੂੰ ਜਿਹੜੀ ਦਿੱਕਤ ਹੋਈ ਪਈ ਹੈ ਕਬਜ਼ ਦੀ ਤੁਹਾਨੂੰ ਜਿਹੜੀ ਦਿੱਕਤ ਹੈ ਉਹ ਬਿਲਕੁਲ ਤੁਹਾਡੀ ਓਕੇ ਹੋ ਜੂਗੀ ਕਬਜ਼ ਖੁੱਲ ਜੂਗੀ ਹਫਤੇ ਦੇ ਵਿੱਚ ਤੁਸੀਂ ਇਹਦਾ ਇੱਕ ਵਾਰੀ ਯੂਜ਼ ਕਰ ਲਓ ਜੇ ਤੁਹਾਨੂੰ ਬੜੀ ਜਿਆਦਾ ਕਬਜ਼ੀ ਰਹਿੰਦੀ ਹੈ ਜਦੋਂ ਵੀ ਤੁਹਾਨੂੰ ਦਿੱਕਤ ਲੱਗਦੀ ਹੈ ਵੀ ਆਪਾਂ ਨੂੰ ਕਬਜ਼ੀ ਹੋਊਗੀ ਤਾਂ ਇਹਦੀ ਤੁਸੀਂ ਯੂਜ਼ ਕਰ ਲਓ ਬਿਲਕੁਲ ਇਹ ਪੱਕਾ ਹੱਲ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਜਾਏ ਜਿਹੜੇ ਲੋਕ ਦਵਾਈਆਂ ਲੈ ਲੈ ਕੇ ਬਿਲਕੁਲ ਅੱਕ ਗਏ